आज नहीं बोला था दारू पीते ही थे ना उधर पीते भी थी उधर पूरी पीते ही थे उधर आया छाला काला मार दो हाँ अच्छा उधर डब्बे तो रंग दारू से हाँ होते अच्छे डब्बे पूरे पीमांगे बुक के पीमांगे थे हाँ दाल करें मारांगे हाँ टूर बजेंगे झूठ बोलता भरजाई बना रिश्तेदार नशे च कहा गया मेरे मैं जान के नहीं कहा एक तू हसाई गया मेरे पीते दारू बजे घर की दारू मेरा हाँ घर की दारू कट दे हथ बिचों फटा दे तू अच्छा छाला मार दे उठे नहीं अच्छा हो रहा है हाँ भी झाड़ू आऊ झाड़ू आऊ बीस साल हूँ बीस साल कला बीस साल ये मेरे डरा आते ने जकड़े जवाह जाले ने मैंने रेख ही कही गया कोई ताया कहते मासड़ बड़ा कहते ने मैनू कहते मास्टरा तू वोट उधर पा दे भी साढ़े आखे तो महा जे मैं ना वोट पाई मेरे मैं मास्टर नहीं कहना हूं तो मैं झाड़ू करनी हो झाड़ू करनी हो भरजाई तो फिर है कि बादल ताया नहीं बनाया मेरी माँ का भी जेठ लगूगा ये पैसे लेंदा है दरार की जे थाक वाले करवाउंदा है हाँ ताइयो मासड़ कहाउंदा है ਕੈਪਟਨ ਸਾਹਿਬ ਦਾ 100 ਸਾਲ ਨਹੀਂ ਆਉਂਦੀ ਸੀਟਾਂ ਨੇ ਗੱਲਾਂ ਲੱਗਦੇ ਲੱਗਦੀਆਂ ਵੀ 80 ਸੀਟਾਂ ਆ ਜਾਣੀਆਂ ਇਸ ਨੂੰ 80 ਤੋਂ ਜ਼ੀਰੋ ਕੱਟ ਲਓ ਅੱਛਾ ਮੈਨੂੰ ਆਇਆ ਦੱਸ ਦਿਓ ਵੋਟਾਂ ਸੁੱਖ ਸ਼ਾਂਤੀ ਨਾਲ ਪੈਗੀਆਂ ਵੋਟ ਇੱਕ ਲੰਬਰ ਪਿਆ ਸਾਡੇ ਸਾਡਾ ਪਿੰਡ ਆ ਕਿਹੜਾ ਨਗਰਾ ਸਾਡਾ ਹਾਂ ਪਹਿਲਾਂ ਹੋਰ ਤੋਂ ਸੁਣ ਮੈਂ ਤਾਂ ਅਨਪੜ੍ਹ ਮੈਂ ਅਨਪੜ੍ਹ ਸਾਰੇ ਆਪਾਂ ਅਨਪੜ੍ਹ ਮੈਂ ਵੀ ਅਨਪੜ੍ਹ ਹੀ ਹਾਂ ਕਿਹੜਾ ਸਾਡਾ ਨਗਰਾ ਇਹ ਬਹੁਤ ਇਤਿਹਾਸੀ ਨਗਰਾ ਸਾਡਾ ਠੀਕ ਹੈ ਤਿੰਨ ਦਾ ਪਾਤਸ਼ਾਹ ਆਈਆਂ ਨੇ ਇੱਥੇ ਠੀਕ ਹੈ ਜੀ ਸਾਧੂ ਇੱਥੇ ਬਹੁਤ ਜ਼ਿਆਦਾ ਸਾਧੂ ਹੋਏ ਨੇ ਸਾਡੇ ਨਗਰ ਠੀਕ ਹੈ ਜੀ ਸਾਧੂ ਇੱਥੇ ਸਾਡੇ 18 ਸਾਧੂ ਹੋਏ ਨੇ ਪਿੰਡ 'ਚੋਂ ਨਗਰ 'ਚੋਂ ਸਾਡੇ ਠੀਕ ਹੈ ਜੀ ਅਤੇ ਸਾਡੇ ਨਗਰ 'ਚ ਇੱਕ ਸਾਡਾ ਗੋਤਾ ਪਿੰਡ ਆ ਸਾਡੇ ਪਿੰਡ ਦੂਏ ਬੰਦੇ ਥੋੜ੍ਹੇ ਆਏ ਨੇ ਸਾਡਾ ਪਿੰਡ ਲੜਦਾ ਨਹੀਂ ਹੈਗਾ ਲੜਦਾ ਤਾਂ ਅਸੀਂ ਇੱਕੋ ਹੀ ਅਸੀਂ ਤੜਕੇ ਨੂੰ ਵੋਟਾਂ ਪਾ ਕੇ ਤੜਕੇ ਨੂੰ ਅਸੀਂ ਇੱਕੋ ਹੀ ਹੋ ਜਾ ਰਹੇ ਹਾਂ ਸਾਡੇ ਜੇ ਕੋਈ ਸਾਡੇ ਮਰਕਤ ਹੋ ਜੇ ਸਾਡੇ ਵਿਆਹ ਹੋਵੇ ਸਾਡੇ ਸਾਦੀ ਹੋਵੇ ਅਸੀਂ ਸਾਦੀ ਗਮੀ 'ਚ ਨਾਲ ਹੁੰਦੇ ਹਾਂ ਇਕੱਠੇ ਵੋਟਾਂ ਵਾਸਤੇ ਅਸੀਂ ਸ਼ੱਕ ਜੱਫ ਮਜੱਫੀ ਹੋ ਜਾਈਏ ਲੜ ਪੀਏ ਕੁਛ ਵੀ ਹੋਇਆ ਦੂਏ ਦਿਨ ਵੋਟਾਂ ਪਾ ਕੇ ਅਸੀਂ ਇੱਕ ਹਾਂ ਪੱਕਾ ਸਾਡੇ ਪਿੰਡ ਕਹਿੰਦਾ ਪੱਕਾ ਜਿੱਤੂ ਹੋਰ ਕਹਾ ਪਤਾ ਨਹੀਂ ਹੈ ਪਰ ਤੁਸੀਂ ਬਾਹਰ ਅੰਦਰ ਫਿਰਦੇ ਤੁਹਾਡੇ ਪਿੰਡ 'ਚ ਵੋਟ ਕਿੰਨੀ ਆ ਸਾਡੇ ਹੋਈ ਆ ਵੋਟ 3200 ਭੁਗਤਿਆ ਆਇਆ ਕਿੰਨੀ ਪੈ ਜੂ ਇਹਨੂੰ ਇਹਨੂੰ ਵੋਟ ਪੈ ਜੂਗੀ ਮੈਨੂੰ ਲੱਗਦਾ ਵੀ ਪਰਨੋਂ ਵੀ ਦਰਸ਼ਨਾ ਵੱਧ ਪਊ ਅੱਧਰੋਂ ਵੱਧ ਪਊਗਾ ਅੱਧਰੋਂ ਵੱਧ ਪਊਗੀ ਹੈ ਹਾਂ ਉਹ ਸਾਰਿਆਂ ਪਾਰਟੀ ਨੂੰ ਇੱਕ ਇਹ ਵੀ ਇਕੱਲੇ ਦੀ ਅੱਧਾ ਉਹ ਉਹਨਾਂ ਸਾਰਿਆਂ ਦੀ ਅੱਧਾ ਸਾਰਿਆਂ ਦੀ ਅੱਧਾ ਹਾਂ ਕਿਵੇਂ ਕਿੰਨੀ ਪੈ ਜੂ ਬਾਪੂ 2000 ਦੇ ਗੇੜ ਆ ਜੂ ਇਹ ਦੋ ਗੇੜੇ ਦੇ ਹਾਂ ਇੰਨੀ ਵੋਟ ਲੈ ਜੂ ਹਾਂ ਦੇ ਜੀ ਵੈਨੀ ਸਾਡੇ ਪਿੰਡ ਚ ਹੁੰਦਾ ਜੀ ਵੈਨੀ ਇਹ ਅੱਛਾ ਹਾਂ ਤੁਸੀਂ ਇੱਥੇ ਤੁਹਾਨੂੰ ਪਤਾ ਲੱਗਦਾ ਉਹ ਸਰਕਾਰ ਕਿਹਦੀ ਬਣ ਰਹੀ ਹੈ ਤੁਹਾਡੇ ਹਿਸਾਬ ਨਾਲ ਸਰਕਾਰ ਤਾਂ ਹੁਣ ਜਿਵੇਂ ਲੋਕਾਂ ਦੀ ਆਵਾਜ਼ ਆ ਵੀ ਇਹ ਇਹਦੀ ਆਮ ਪਾਰਟੀ ਦੀ ਬਣ ਰਹੀ ਹੈਗੀ ਅੱਛਾ ਹਾਂ ਤੁਹਾਨੂੰ ਮੁੱਖ ਮੰਤਰੀ ਮਿਲ ਜੂ ਹੈ ਹਾਂ ਸਾਡਾ ਮਿਲੂਗਾ ਜੀ ਅੱਛਾ ਛਾਲਾ ਮਾਰ ਦੇ ਉੱਤੇ ਨਹੀਂ ਅੱਛਾ ਹੋ ਰਿਹਾ ਹਾਂ ਵੀ ਝਾੜੂ ਆਊ ਝਾੜੂ ਆਊ ਝਾੜੂ ਆਊ ਹਾਂ 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 ਤੇ ਵੀ ਇਹ ਜੇ ਮੁੱਖ ਮੰਤਰੀ ਤੁਹਾਡਾ ਮਿਲਦਾ ਹੁਣ ਤਾਂ ਹੋਰ ਨਹੀਂ ਆ ਰਹੇ ਹਨਗੇ ਹਾਂ ਪੱਕੇ ਅੱਛਾ ਹਾਂ
ਟੱਕਰ ਕਿਵੇਂ ਲੱਗਦੀ ਹੈ, ਮਜ਼ਬੂਤ ਹੈ ਕਿ ਭਗਵੰਤ ਅੱਗੇ ਜੀ? ਇਹ ਜਿਵੇਂ ਧੂਰੀ ਇਕੱਠ ਹੋਇਆ ਸੀਗਾ ਉਹਦੇ ਟੱਕਰ ਦਾ ਦੇਖ ਕੇ ਤਾਂ ਵੀ ਜਮਾਂ ਹੀ ਪਾ ਪਹਿਲੇ ਨੰਬਰ 'ਤੇ ਜਾਊਗੇ। ਹਾਂ ਹਾਂ ਭਗਵੰਤ ਮਾਨ ਜੀ ਧੂਰੀ ਬਾਹਰ ਤੁਸੀਂ ਫਿਰ ਤੁਸੀਂ ਦੱਸੋ ਸਾਨੂੰ, ਅਸੀਂ ਵੀ ਆ ਤੁਹਾਡੇ ਵਰਗੇ ਹਾਂ, ਤੁਹਾਡੇ ਤੋਂ ਪੁੱਛ ਕੇ ਪਹਿਲੇ ਦਿਨ ਆਏ ਹਾਂ ਅਸੀਂ। ਸਾਰੀ ਜਨਤਾ ਦੀ ਵੀ ਐਤਕੀ ਆਮ ਪਾਰਟੀ ਨੂੰ ਦਿਓ, ਬਦਲਾ ਕਰੋ ਬਦਲਾ ਕਰੋ ਕਹਿੰਦੇ ਲੋਕ। ਹਾਂ ਹਾਂ ਸਰਕਾਰ ਬਣੂਗੀ, ਬਣੂਗੀ ਸਾਡੇ, ਅਸੀਂ ਤਾਂ ਕਹਿੰਦੇ ਵੀ ਬਣੂਗੀ, ਫਿਰ ਮਾਰ ਕੇ ਹੱਥ ਆਈ। ਪਰ ਇਹਦੇ ਕਰਮ ਤੇਜ਼ ਨੇ ਭਗਵੰਤ ਮਾਨ ਦੇ, ਪਹਿਲਾਂ ਵੀ ਦੋ ਗੇੜ ਦੇਖੋ ਪਾਸ ਗਿਆ, ਪਹਿਲੀ ਗੇੜ ਪਹਿਲੀ ਗੇੜ ਪਾਸ ਗਿਆ, ਦੁਬਾਰੇ ਫੇਰ ਪਾਸ ਹੋ ਗਿਆ, ਐਤਕੀ ਫੇਰ ਪਾਸ ਜਾਊ। ਹਾਂ ਗੋਲਡੀ ਦਾ ਮੁਕਾਬਲਾ ਉਹ ਕਿਵੇਂ ਲੱਗਦਾ ਬਾਪੂ, ਗੋਲਡੀ ਦਾ ਕਿਵੇਂ ਹੈ? ਗੋਲਡੀ ਦਾ ਮੁਕਾਬਲਾ ਨਹੀਂ ਹੈਗਾ, ਪਗੜੂ ਲਾਈ ਪੇਜੀ ਮੂੰਹ ਦੇ, ਮੂੰਹ ਦੇ ਪਗੜੂ ਲਾਈ ਪੇਜ ਉਹਦੇ ਗੋਲਡੀ ਦੇ, ਇਹਦਾ ਢੱਠੇ ਮੂੰਗਾ ਛਾਲਾ ਮਾਰਦਾ ਗਿਆ, ਇਹਨਾਂ 'ਚ ਆਪਣੇ ਜਿਹੜੇ ਪੋਗਣਗ ਤੇ ਉਹ ਕਿਸੇ ਕੋਲ ਵੀ ਨਹੀਂ ਗਿਆ, ਉਹਦਾ ਗੇੜਾ ਦੇ ਕੇ ਇੱਕ ਮੁੰਡਾ ਬੈਠਾ ਸੀ ਉਹਦੇ ਕੋਲ ਜਾ ਕੇ ਮੁੜ ਕੇ ਬਸ ਅਸੀਂ ਮਗਰੀ ਮੁੜ ਗਿਆ ਬਸ ਉਹਨੇ ਉਹਦੇ ਪੋਲਿੰਗ 'ਤੇ ਇਕੱਠ ਨਹੀਂ ਸੀ ਹੈਗਾ ਜੀ, ਹਾਂ ਜੀ ਪੋਲਿੰਗ ਦੇ ਇਕੱਠ ਸੀ, ਇਹ ਤਾਂ ਲੰਬਾ ਪੋਲਿੰਗ ਸੀ ਜੀ ਦੂਰ ਤੱਕ, ਉਹ ਤਾਂ ਬਹੁਤ ਜ਼ਿਆਦਾ ਇਕੱਠ ਸੀ। ਠੀਕ ਹੈ, ਲੰਗਰ ਵੀ ਹਾਂਜੀ ਲੰਗਰ ਵੀ ਇਸ ਤਰ੍ਹਾਂ ਚੱਲਦਾ ਸੀ, ਲੰਗਰ ਵੀ ਚੱਲਦਾ ਸੀ, ਹਾਂ ਹੋਣ ਗਏ ਤਾਂ ਚੱਲਦਾ, ਹੋਣ ਗਏ ਤਾਂ ਚੱਲਦਾ ਨਾ, ਉਹ ਇਕੱਠ ਵੇਖ ਕੇ ਖੁਸ਼ ਹੋ ਗਏ ਜਿਵੇਂ ਬਾਬਾ ਕਹਿੰਦਾ ਛਾਲਾ ਮਾਰਦਾ। ਹਾਂ ਹਾਂ ਜੀ ਛਾਲਾ ਛਾਲਾ ਮਾਰਦਾ, ਹਾਂਜੀ। ਅੱਛਾ ਉਹਦੇ ਡੱਬੇ ਧਰਾਂਗੇ ਜੀ ਦਾਰੂ ਦੇ? ਹਾਂ ਉੱਥੇ ਇੱਥੇ ਡੱਬੇ ਉਹਦੇ ਪੀਵਾਂਗੇ, ਬੁੱਕ ਕੇ ਪੀਵਾਂਗੇ ਉਹਦੇ, ਹਾਂ ਦਰਸ਼ ਕਰੇ ਮਾਰਾਂਗੇ, ਹਾਂ ਢੋਰ ਵੱਜਣਗੇ, ਹਾਂ ਦੇਖਿਓ ਢੋਰ ਵੱਜਣਗੇ ਉਹਦੇ, ਹਾਂ 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 ਜੀ ਦਸ ਨੂੰ। ਬਾਬਾ ਤੂੰ ਵੀ ਮਾਰੇਂਗਾ ਫਿਰ ਲੱਕਰੇ? ਮੈਂ ਤਾਂ ਯਾਰ ਆਪਣਾ ਰੱਖ, ਮੈਂ ਤੈਨੂੰ ਦੱਸੂ ਤੈਨੂੰ ਮੈਂ ਪਤਾ ਕਰ ਦੱਸ, ਮੇਰਾ ਕਿਵੇਂ ਬਾਬਾ ਬਦਨਾਮ ਬੜਾ ਹੋ ਗਿਆ ਝੂਠ ਬੋਲਦਾ ਹੁਣ, ਇਹ ਝੂਠ ਬੋਲਦਾ ਉਹਨੇ ਸਿਮਰੋ ਨਾ ਭਰਜਾਈ ਬਣਾਉਂਦਾ ਸੀ ਸਾਰੇ ਪੰਜਾਬ ਚ ਫੈਲ ਗਿਆ। ਹਾਂ ਫੈਲੂ ਫੈਲੂ ਇਹ ਤਾਂ, ਇਹ ਤਾਂ ਕਹਿੰਦੇ 20 ਸਾਲੀ ਹੂ, 20 ਸਾਲੀ ਕਹਿੰਦਾ 20 ਸਾਲੀ ਇਹ ਮੈਨੂੰ ਡਰਾ ਦਿੰਦੇ ਨੇ, ਇਹ ਡਰਾ ਦਿੰਦੇ ਨਹੀਂ ਆਏ ਨਹੀਂ ਨਾ ਲੈਣ ਤੇ ਨਹੀਂ ਹੁੰਦੀ। ਅੱਛਾ ਹਾਂ ਫਿਰ ਨਾ ਡਰਾ, ਨਾ ਨਾ ਡਰਨਾ ਕਹਿੰਦਾ ਪਾਪਾ ਕਹਿੰਦਾ ਮਾੜੀ ਗਾਲ ਕੱਢੀ, ਨਾ 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 ਮੈਂ ਤਾਂ ਬਹੁਤ ਵੋਟਾਂ ਭਜਨ ਬਾਦਲ ਨੂੰ। ਅੱਛਾ ਹਾਂ ਮੈਨੂੰ ਉਦਾਂ ਜਦੋਂ ਤੂੰ ਆਇਆ ਉਦੋਂ ਮੈਨੂੰ ਕਹਿੰਦਾ ਭਗਵੰਤ ਨੂੰ ਪਾਉਣੀ, ਹੁਣ ਤਾਂ ਮੈਂ ਝਾੜੂ ਕਰਨੀ ਹੋਣੀ, ਅਜੇ ਝਾੜੂ ਕਰਨੀ ਹੋਣੀ, ਖੁਸ਼ੀ ਝਾੜੂ ਜਿੱਤੇ ਦੀ ਹੋ ਕੇ ਬਾਦਲ ਜਿੱਤੇ ਦੀ, ਮੈਂ ਤਾਂ ਦੁਨੀ ਜਿੱਤੀ ਮੈਂ ਉੱਧਰ ਹੀ ਤਾਂ ਕਦਾੜ ਮਾਰ ਦੂੰ, ਮੈਂ ਤਾਂ ਕਿਹੜਾ ਜਿੱਤ ਗਿਆ ਉਹਦੇ ਨਹੀਂ ਕਰਨੀ, ਹਾਂ ਗੋਲਡੀ ਨਹੀਂ ਜਾਂਦਾ ਤੇਰੇ ਹਿਸਾਬ ਨਾਲ, ਗੋਲਡੀ ਬੰਦਾ ਤਾਂ ਦੇਖੋ ਹੈਗਾ, ਤੂੰ ਗੱਲ ਸੁਣੋ ਕਿਹੜਾ ਗੋਲਡੀ ਬੰਦਾ ਪੂਰਾ ਇੱਕ ਨੰਬਰ 'ਤੇ, ਸਾਨੂੰ ਤਾਂ ਸਾਡੇ ਤਾਂ ਬੀਹੀ ਪੱਕੀ ਕਰਤੀ ਉਹਨੇ ਇੱਧਰ, ਠੀਕ ਹੈ ਪਰ ਹੁਣ ਸਾਡੇ ਵੋਟਾਂ ਪਾਈਆਂ ਵੀ ਨੇ, ਚੱਲ ਇਹਨੂੰ ਗੂੜੀ ਪਾਈਆਂ ਨੇ ਵੋਟਾਂ, ਤਾਂ ਇਹ ਮਾਹੌਲ ਬਾਦਲ ਤਾਂ ਲੋਕਾਂ ਨੇ, ਮਾਹੌਲ ਹਾਂ ਮਾਹੌਲ ਆਪ ਦਾ ਹੋ ਗਿਆ, ਹਾਂ ਮੌਕਾ ਆਹ ਗੱਲ ਹੋ ਗਈ, ਮੁੰਡਾ ਪੂਰਾ ਵਧੀਆ, ਪੈਸਾ ਬਹੁਤ ਦਿੱਤਾ ਸਾਡੇ, ਹਾਂ ਪੈਸਾ ਪੂਰਾ ਮੁੰਡਾ ਨਹੀਂ ਮਾੜਾ ਹੈਗਾ, ਆਪਾਂ ਉਹਨੂੰ ਤਿਆਰ ਪੰਚਾਇਤ ਨੇ ਨਾ ਜੀ, ਹਾਂ 16 ਕਰੋੜ ਦਾ ਪਹਿਲੀ ਗੜਾ ਗਿਆ ਜੀ, ਜੇ ਭਗਵੰਤ ਮਾਨ ਦੀ ਥਾਂ 'ਤੇ ਕੋਈ ਹੋਰ ਤੁਹਾਡੇ ਲੜਦਾ ਫਿਰ ਫਿਰ ਹਾਰਦਾ ਹਾਂ, ਭਗਵੰਤ ਤਾਂ ਉਹਨਾਂ ਸਾਰਾ ਬਦਲ ਗਿਆ, ਹਾਂ ਇਹਦੇ ਨਾਲ ਜਵਾਬ ਬਾਹਲੇ ਲੋਕ ਪਿਆਰ ਹੈ ਇਹਨਾਂ ਦਾ, ਸੀ ਐੱਮ ਚਿਹਰਾ ਕਰਕੇ ਵੀ ਫਰਕ ਪੈ ਗਿਆ ਨਾ ਜੀ, ਵੀ ਧੂਰੀ ਹਲਕੇ ਨੂੰ ਸੀ ਐੱਮ ਚਿਹਰਾ ਮਿਲ ਗਿਆ ਉਹਦੇ ਕਰਕੇ ਬਹੁਤ ਫਰਕ ਪੈ ਗਿਆ। ਇੱਕ ਇਹ ਸਾਡੇ ਕਿਹੜੇ ਪੱਕੇ ਕਾਂਗਰਸੀ ਇਹਦੇ ਉਹ ਬਹੁਤ ਨੇ ਇੱਧਰ ਧਾਰਾਂ ਪੰਡਤ ਤੋਂ ਬਾਗੇ, ਹੁਣ ਉਹ ਪੁਰਾਣੇ ਪੰਡਤ ਨੇ ਉਹ ਖਾੜਕੂਆਂ ਲਹਿਰ ਵਾਸਤ ਵੀ ਉਹ ਕਾਂਗਰਸ 'ਚ ਖੜੇ ਤੇ ਉਹ ਵੀ ਬਦਲ ਗਏ, ਇਹ ਮੁੰਡੇ ਨਵੇਂ ਮੁੰਡੇ ਇੱਧਰ ਅੱਡ ਹੋ ਗਏ, ਉਹ ਪੁਰਾਣਿਆਂ ਦਾ ਗੋਲਡੀ ਸਾਹਿਬ ਨੇ ਉਹ ਨਹੀਂ ਕਰਿਆ ਹੈਗਾ, ਉਹ ਤਾਂ ਮੈਂ ਇਹਨੂੰ ਪੁੱਛਿਆ ਤੇ ਮੈਂ ਤੁਸੀਂ ਤਾਂ ਬਹੁਤ ਪੱਕੇ ਕਾਂਗਰਸੀ ਹੋ, ਉਹ ਸਾਡੇ ਘਰ ਦੇ ਨੇ ਚਰਨ ਕੇ ਲਾਉਣਾ, ਉਹ ਕਹਿੰਦਾ ਵੀ ਮੈਂ ਵੀ ਤੁਸੀਂ ਉੱਧਰ ਉਹ ਕਰੋ ਵੀ ਤੁਸੀਂ ਤਾਂ ਬਹੁਤ ਪੱਕੇ ਤੁਸੀਂ ਕਿਉਂ ਬਦਲੇ, ਕਹਿੰਦੇ ਸਾਡਾ ਖਹਿੜਾ ਛੱਡਤਾ ਅਸੀਂ ਬਦਲ ਗਏ, ਹੁਣ ਸਾਰੇ ਉਹ ਵੋਟਾਂ ਉਹਨਾਂ ਨੇ, ਅਸੀਂ ਤਾਂ ਹੀ ਮੈਂ ਜਿੱਤ ਕਰਦਾ ਵੀ ਸਾਡੇ ਪਿੰਡੋਂ ਵੋਟ ਵੱਧ ਦੇਖੂ ਵੀ ਕਾਂਗਰਸੀ ਬਦਲ ਗਏ। ਕਾਲੀਆਂ ਦੀ ਵੋਟ ਕਿੰਨੀ ਨਿਕਲ ਜੂ ਹੈ? ਕਾਲੀਆਂ ਦੀ ਕਾਲੀਆਂ ਦੀ ਬੜਾ ਥੋੜ੍ਹੀ ਦੇਖੂਗੇ, ਹਾਂਜੀ ਸਾਡੇ 5-4 ਵੋਟਾਂ ਹੀ ਨੇ ਸਾਡੇ ਕਾਲੀਆਂ ਦੇ, ਹਾਂ 2-4 ਚਾਰ 500 ਤਾਂ ਪੱਕੀ ਪੈ ਜੂ, 4-500 ਪੱਕੀ ਪੈ ਜੂ, ਪੱਕੀ ਉਧਰ ਪਊਗੀ, ਹੈਂ
कई दिन ब्याह नहीं थी क्यों ब्याह लंबा थी ओनू पता नहीं थी भी हां एदा मगरों सोचन लग्या भी लोक दस तो मेनू तो रिश्तेदार आन लग भी आ की कहा महा भी नशे च कहा गया मैं तो महा मैं जान के नहीं कहा एक तू हसाई गया ते मेरे पीते दारू बढ़िया घर दी दारू अच्छा और ब्याह थी पूरा 9-10 दिन ब्याह च रहे हां फिर आ घर दी दारू कट दे सच विचों फड़ा दे तू कहदा ठाणदार कुड़िया टूआ कुट दे पढ़ा लिखा नवे यूथ का फर्क पै गया जेड़ा हुण इह आम आदमी दी हवा चल पी ना पहले जेड़े पुराने बुढ़े थे उह सारे कालियां कन्नी थे वो तकड़ी नू वोट पा तकड़ी नू बस ऐसे ऐसे लोट हाँ पंथ का नाम लेके तो वो हुण नवा यूथ आ गया देखते ने अपने इन्ह च मोबाइलों च ओह उहदे करके हुण नवा यूथ इधर चल पिया भी एक बारी बदल के हाँ हाँ भी एक बारी इन्हां नू बदल के देख लो भी आपां सारी बदल भाल दिते उत्थों लंबी टोकी लगता माहौल लगता थोनू भी मैं साडा दा कोई रिश्तेदारी है नहीं उधर ना मैं कहदा भी वो ਵੀ ਜੇ ਤੂੰ ਹਾਰੂ ਕਰੀ ਆਪਾਂ ਕਿਸੇ ਨੂੰ ਕਿਸੇ ਨੂੰ ਕਹਿ ਸਕਦੇ ਨਾ ਉਹ ਕਾਲੇ ਉਹ ਤਾਂ ਕਾਲੀ ਕਿਹੜੇ ਤਾਕੜੇ ਬੰਦੇ ਨੂੰ ਕਾਲੀ ਉਹ ਤਾਂ ਆਉਣਗੇ ਵੋਟ ਉਹਨੇ ਜਿੱਤਣਗੇ ਹਾਂਜੀ ਜਿੱਤੂਗਾ ਕੌਣ ਜਿੱਤੂਗਾ ਬਾਦਲ ਬਾਦਲ ਜਿੱਤੂਗਾ ਹੂੰ ਲੱਗਦਾ ਹਾਂ ਇਹ ਕਹਿ ਜੀਗਾ ਭਗਵਾਨ ਮਾਨ ਵੀ ਇਹ ਬਾਦਲ ਤੇ ਰਾਜਾ ਸੱਟਣੇ ਹੂੰ ਬਿਹਾਰ ਗਏ ਹਾਂ ਟੱਕਰ ਲੱਗਦੀ ਹੈ ਬਈ ਟੱਕਰ ਤਾਂ ਕਹਿੰਦੇ ਹਰੇ ਪਾਸੇ ਆ ਗਈ ਹੈ ਟੱਕਰ ਪੂਰੇ ਵਿੱਚ ਐ ਤਾਂ ਸਰਕਾਰ ਕਾਰਿਆਂ ਦੀ ਬਣਾਉਂਦੇ ਨੇ ਨਾ ਕਾਲੀ ਕਹਿੰਦੇ ਅਸੀਂ ਬਣਾ ਰਹੇ ਹਾਂ 80 ਸੀਟਾਂ ਆ ਰਹੀਆਂ ਹਾਂ ਤੇ ਮੈਂ ਕਹਿੰਦਾ ਵੀ ਕੱਜ ਤੇ ਮੈਨੂੰ ਕਈ ਨੇ ਬੰਦੇ ਨੇ ਕਹਿੰਦੇ ਕਾਲੀ ਸਰਕਾਰ ਆਊਗੀ 80 ਸੀਟਾਂ ਆ ਰਹੀਆਂ ਸੁਖਬੀਰਾਂ ਦਾ ਹਾਂ ਲੈ ਦੇਖ ਲੈ ਫਿਰ ਹਾਂ ਲੋਕ ਕੈਪਟਨਾਂ ਦਾ ਮੈਨੂੰ 80 ਸੀਟਾਂ ਆ ਰਹੀਆਂ ਬੀਜੇਪੀ ਨਾਲ ਰਲ ਕੇ ਲੈ ਕਰ ਲੋ ਫਿਰ ਆਪਾਂ ਝਾੜੂ ਵਾਲੇ ਗੈਰ ਰਹੋਗੇ ਵੀ ਗੈਰ ਤਾਂ ਗੈਰ ਥੋੜੀ ਰਹੇਗੀ 20 ਜਿੱਤੀ ਰਹੇਗੀ 25 चकू तेन महा जे मेनू SCBD चक लू मैं तो मेरे बड़ी बड़ा बंदे लेके सब कोई लंडू बंदा ही लेके गया मेनू मैं डरदा नहीं है चढ़ाई हो ठीक है पूरा लड़दा थी ਸ਼ੇਰੋ ਸਾਪਰ ਉਹ ਲੌਂਗਵਾਲ ਦੇ ਕਿਹੜੇ ਲੌਂਗਵਾਲ ਦੇ ਪੈਸੇ ਨੇ ਜਵਾਹ ਖੂਬ ਵੀ ਮੈਨੂੰ ਮਾਸੜ ਜਿਹੜੇ ਸ਼ੇਰੋਂ ਦੇ ਸ਼ੇਰੋ ਆਈਆਂ ਨੇ ਉਹ ਵੀ ਮਾਸੜ ਜਿਹੜੇ ਸਾਪਰ ਦੀਆਂ ਲਿਆਂਦੇ ਨੇ ਉਹ ਵੀ ਮਾਸ ਕਹਿੰਦੇ ਜਵਾਹ ਮਾਸੜ ਉਹ ਸਾਰੇ ਇਕੱਠੇ ਹੋ ਕਹਿੰਦੇ ਵੀ ਤੂੰ ਮਾਸੜਾ ਉਹ ਕਰ ਦੇ ਵੋਟ ਇੱਕ ਸਾਡੇ ਅੱਖ ਤੋਂ ਪਾ ਦੇ ਮਨ ਨੂੰ ਮਾਨਾ ਇਹ ਸ਼ਾਂਤੀ ਚਾਹੀਦਾ ਸਾਰਾ ਕੁਛ ਹੀ ਆ।
500 ਬਿਗੇ ਵਾਲਾ ਵੀ ਰੋਟੀ ਖਾਂਦਾ, ਦੋ ਬਿਗੇ ਵਾਲਾ ਵੀ ਕੁਲੀ ਵਾਲਾ ਵੀ ਰੋਟੀ ਖਾਂਦਾ। ਕੁਲੀ ਵਾਲਾ ਕਿਹੜਾ, ਕੁਲੀ ਵੱਡਾ ਉੱਥੇ ਰੋਟੀ, ਉੱਥੇ ਰੱਬ ਵੀ ਆਉਂਦਾ। ਪੱਕੇ ਘਰਾਂ ਪੱਕੇ ਕਿਹੜੇ ਪੱਕੇ ਹਵੇਲੀਆਂ ਪਾ ਲੈਂਦੇ ਨੇ, ਉਹ ਹਕਾਰ 'ਚ ਹੋ ਜਾਂਦਾ ਬੰਦਾ। ਇਹ ਰੱਬ ਨੂੰ ਉੱਤੇ ਆਉਂਦੇ ਨੇ ਹਰ ਵਕਤ, ਰੱਬ ਫਿਰ ਲੱਭਿਆ ਜਾਂਦਾ ਇਹਨਾਂ। ਬਾਦਲ ਕੇ ਲਾਣੇ ਲਵੇ ਤਾਂ ਮੈਂ ਕਿਹਾ ਆਇਆ ਖਾਸ, ਇਹਦਾ ਸਾਡੇ ਗੋਬਿੰਦ ਹੁੰਦਾ ਸੀ, ਸਾਡੇ ਨਾਲ ਲਾਗਮੀ ਖੇਤ ਆ ਉੱਥੇ, ਉੱਥੇ ਉਹ ਘੱਟੋ ਘੱਟ 5-7 ਗੇਰਾਂ ਬਾਦਲ ਸਾਹਿਬ ਆਏ ਤੇ ਇਹਦਾ ਬਹੁਤ ਵਧੀਆ ਗੱਲਾਂ ਕਰ ਲੈਂਦੇ। ਹਾਂ, ਇਹਦੇ ਨਾਲ ਵੀ ਮੈਂ ਨਹੀਂ ਗਿਆ ਨਾ, ਐਵੇਂ ਮੈਂ ਕਹਿੰਦਾ ਮੈਂ ਕਿਹਾ ਮੈਂ ਬੁਲਾਇਆ ਵੀ ਨਹੀਂ ਵਿਚਾਰਾ ਕਿਤੇ। ਹਾਂ, ਅਤੇ ਇਹ ਉਹ ਇਹ ਲਾਣਾ ਗੱਲਾਂ ਵੀ ਕਰਦੇ, ਅੱਧਾ ਦਾ ਘੰਟਾ ਉਰੇ ਸਾਈਡ 'ਚ ਵੀ ਬਹਿ ਕੇ ਗਏ ਅਤੇ ਉਹਦੇ ਗੱਲਾਂ ਬਹੁਤ ਵਧੀਆ ਕਰੇ, ਸਾਡੇ ਲੋਕ ਬਠਿਆ ਕੇ ਆਏ ਥੋੜ੍ਹੇ ਬਾਦਲ ਨੇ ਵੀ ਭਾਈ ਸਾਡੇ ਪਿੰਡ ਤੁਸੀਂ ਵੀ ਆਹ ਮੰਗੋ, ਖਾਲੀਆਂ ਨਾਲੀਆਂ ਦਾ ਪਾਣੀ ਮੰਗੋ, ਵੀ ਕੱਸੀ ਦਾ ਪਾਣੀ ਮੰਗੋ। ਉਹ ਗੱਲ ਸਾਡੇ ਲੋਕ ਗੈਲੋ ਪਹਤੋ ਨੇ ਉਦੋਂ ਮੰਗੀ ਨਹੀਂ, ਉਦੋਂ ਉਹ ਸੂਏ ਦਾ ਪਾਣੀ ਹੋਰ ਦਿੰਦਾ। ਬਾਦਲ ਤਾਂ ਦੇਣਾ ਦੇ ਨਹੀਂ ਸਕਦੇ ਹੈਗੇ, ਬਾਦਲ ਦੇਣਾ ਨਹੀਂ ਦੇ ਸਕਦੇ। ਕਿਹੜਾ ਮੰਡੀ ਖਰੀ ਆ ਪੱਕੀ ਬਾਦਲ ਨੇ ਕਰੀ ਆ, ਕਿਹੜੇ ਸੈੱਡ ਪਏ ਨੇ ਸਾਰੇ ਬਾਦਲ ਨੇ ਪਏ ਨੇ, ਅਤੇ ਕਿਹੜੇ ਸਾਡੇ ਮੋਟਰਾਂ ਦੇ ਟਿਊਬਵੈੱਲਾਂ ਦੇ ਪਾਣੀ ਬੰਦ ਕਰਿਆ, ਉਹ ਵੀ ਬਾਦਲ ਸਾਹਿਬ ਦੇ, ਅਤੇ ਬਾਦਲ ਸਾਹਿਬ ਖਾਲ ਪੱਕੇ ਖਾਲੇ ਬਾਦਲ ਸਾਹਿਬ ਨੇ ਕਰਾਏ ਨੇ। ਸਾਡੇ ਬਾਦਲ ਸਾਹਿਬ ਦਾ ਬਹੁਤ ਜ਼ਿਮੀਂਦਾਰ ਦੀ ਬਹੁਤ ਜ਼ਿਆਦਾ ਕਲਰ ਪਏ ਤੇ, ਸਾਡੇ ਸਾਡੇ ਲਵੇ 40 ਕਿੱਲੇ ਬਾਹਣਦੇ ਨੇ, 35-40 ਸਾਡੇ ਕਲਰ ਪਏ ਤੇ, ਫਿਰ ਸਾਡੇ ਮੋਟਰਾਂ ਲੱਗ ਗਈਆਂ, ਫਿਰ ਅਸੀਂ ਫਿਰ ਦਰਬਾਰੇ ਤਕੜੇ ਹੋ ਗਏ। ਬਾਦਲ ਦਾ ਭਰੋਸਾ ਸੀ ਤਾਂ ਪਾਉਂਦੇ ਹਾਂ ਬਾਦਲ, ਬਾਦਲ ਬੰਦਾ ਵਧੀਆ ਸੀ ਸਾਡਾ ਮੰਤਰੀ ਗੋਬਿੰਦ ਕਾਂ ਵਾਲਾ, ਇਹਦੇ ਕਰਕੇ ਨਾ ਕੋਈ ਖਾਸ ਨਹੀਂ, ਟੁੱਟੀ ਹੋਈ ਚਲੋ ਨਾਲ ਹੀ ਆਇਆ, ਅੰਦਰ ਤਾਂ ਤਕੜੀ ਬੋਲਦੀ ਆ, ਮੁੰਡਿਆਂ ਨੇ ਵੀ ਤਕੜੀ ਕੱਢੀ ਇਹਦੇ ਅੰਦਰੋਂ, ਮਾਸੜ ਕਹਿੰਦਾ ਮੁੰਡਿਆਂ ਨੇ ਤਕੜੀ ਦੀ ਡੈ ਖਿੱਚ ਕੇ। ਹਾਂ, ਦੋਨੇ ਪਾਰਟੀਆਂ, ਤਿੰਨੇ ਪਾਰਟੀਆਂ ਹਰੇਕ ਕਹਿੰਦੇ ਵੱਟਦੇ ਪਈ ਹੈ। ਮੁੱਖ ਮੰਤਰੀ ਜਿਹੜਾ ਸੀ ਭਗਵੰਤ ਮਾਨ, ਉਹਨਾਂ ਦਾ ਕੀ ਲੱਗਦਾ? ਭਗਵੰਤ ਮਾਨ ਇਹ ਤਾਂ ਉਹਦਾ ਹੈਗਾ ਜੀ, ਆਪਣੀ ਜੋ ਮਰਜ਼ੀ ਉਹਨਾਂ ਦੀ ਪਾਰਟੀ ਬਣਾਵੇ ਨਾ ਬਣਾਵੇ, ਕਿਉਂ ਜੀ ਇਹ ਤਾਂ ਉਹਨਾਂ ਦਾ ਹੱਕ ਹੈ। ਚਿਹਰਾ ਲਾਣਿਆ ਵਾ ਨਾ ਤੁਹਾਡਾ ਇੱਥੇ, ਨਹੀਂ ਦੇਖੋ ਆਪਣੇ ਧੂਰੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣ ਜਾਵੇ, ਦੂਸਰਾ ਆਪਣੇ ਕੋਲ ਚਾਹੀਦਾ ਕੁਛ ਸੁਧਾਰ ਤਾਂ ਗੁਰੂ ਆਪਣੇ ਇਲਾਕੇ ਦਾ, ਆਪਾਂ ਦੀ ਖੁਸ਼ੀ ਹੈ ਇਹ ਚੀਜ਼ ਹੈ, ਇਹ ਉਹ ਦੱਸੋ ਇਹ ਲੱਗਦਾ। ਹਾਂਜੀ, ਸਰਕਾਰ ਕਿਹਦੀ ਬਣਾ ਰਿਹਾ ਬਾਬੇ ਸੱਥਾਂ 'ਚ ਬਹਿ ਕੇ? ਸੱਥਾਂ ਦੇ ਵਿੱਚ ਤਾਂ ਕੁਦਰਤੀ ਕੋਈ ਝਾੜੂ ਵੀ ਕਹਿ ਦਿੰਦੇ ਨੇ, ਕਾਂਗਰਸ ਵੀ ਕਹਿ ਦਿੰਦੇ ਨੇ, ਦੋਨੇ ਪਾਰਟੀਆਂ ਟੱਕਰ ਕਹਿ ਦਿੰਦੇ, ਦੋਨਾਂ 'ਚ ਕਹਿ ਰਹੇ ਨੇ। ਠੀਕ ਹੈ, ਹਾਂਜੀ ਹੋਰ ਦੱਸੋ। ਕੈਪਟਨ ਸਾਹਿਬ ਆਉਂਦੇ ਸੀ ਸਾਡੀ ਸਰਕਾਰ, ਉਹਨਾਂ ਨੂੰ ਲੱਗਦਾ ਉਹਨਾਂ ਦੀ ਬਾਜੂ ਬੀਜੇਪੀ ਨਾਲ ਰਲ ਕੇ? ਕੈਪਟਨ ਸਾਹਿਬ ਦਾ 100 ਸਾਲ ਨਹੀਂ ਆਉਂਦੀ, 100 ਸਾਲ ਨਹੀਂ ਆਉਂਦੀ ਕੈਪਟਨ ਸਾਹਿਬ, ਤੁਸੀਂ ਕਹਿੰਦੇ ਕਹੋ ਜੀ ਕੈਪਟਨ ਸਾਹਿਬ ਦਾ ਕੋਈ ਚੱਕਰ ਨਹੀਂ ਹੈ। ਹਾਂ, ਜਿਹੜਾ ਆਪਦਾ ਘਰ ਹੀ ਛੱਡ ਕੇ ਪਾ ਗਿਆ ਉਹਨੂੰ ਕੌਣ ਕਰੂਗਾ, ਦੱਸੋ ਆਪ ਇਹ ਚੀਜ਼ ਨਾ, ਉਹਨਾਂ ਦੀ ਨਹੀਂ ਆਉਂਦੀ, ਉਹਨਾਂ ਦੀ ਜੂਮ ਸੀਗੀ। ਸੁਖਬੀਰ ਬਾਦਲ ਕਹਿੰਦੇ 80 ਸੀਟਾਂ ਉਹਨਾਂ ਨੂੰ ਆ ਜਾਣਗੀਆਂ ਤੁਹਾਡੇ ਸਾਹਮਣੇ, ਕਹਿੰਦੇ 100 ਕਹੀ ਜੀ ਆਪਾਂ, ਕੋਈ ਜਿਹੜਾ ਵੋਟਾਂ 'ਚ ਖੜਾ ਹੁੰਦਾ ਹੈ ਕੋਈ ਇਹ ਥੋੜ੍ਹਾ ਕਹਿੰਦਾ ਵੀ ਮੈਂ ਹਾਰੂੰਗਾ, ਹਰੇਕ ਹੂੰ ਮੈਂ ਜਿੱਤੂੰਗਾ, ਚੱਕਰ ਤਾਂ ਇਹ ਤਾਂ ਹੋਰ ਦੱਸ। ਜਿਵੇਂ 80 ਸੀਟਾਂ ਵਾਲੀਆਂ ਗੱਲਾਂ ਲੱਗਦੀਆਂ ਲੱਗਦੀਆਂ ਵੀ 80 ਸੀਟਾਂ ਆ ਜਾਣੀਆਂ, 80 ਤੋਂ 0 ਕੱਟ ਲਓ, ਕਿੰਨੀਆਂ ਰਹਿ ਗਈਆਂ? 8 ਰਹਿ ਗਈਆਂ ਬਸ, ਠੀਕ ਠੀਕ ਹੈ, ਜਦੋਂ ਕੱਟ ਲਓ 8 ਰਹਿ ਜਾਣਗੀਆਂ, ਠੀਕ ਹੈ। ਤੁਹਾਡੇ ਏਰੀਆ ਜਾਂ ਢੀਂਡਸੇ ਆ, ਉਹ ਉਹਨਾਂ ਦਾ ਕੀ ਲੱਗਦਾ ਮਾਹੌਲ? ਢੀਂਡਸੇ ਦਾ ਸਾਡੇ ਕਿਤੇ ਪੋਲਿੰਗ ਵੀ ਲਾਇਆ ਨਾ, ਤਾਂ ਸਾਡੇ ਕਹੀਏ ਦੇਖੋ ਕਿਸਾਨ ਯੂਨੀਅਨ ਵਧੀਆ ਸੀਗੀ, ਨਾ ਕਿਸਾਨ ਯੂਨੀਅਨ ਦਾ ਨਾ ਢੀਂਡਸੇ ਦਾ ਬੀਜੇਪੀ ਦਾ ਕਿਸੇ ਲੱਗਿਆ, ਜਿੱਥੇ ਪੋਲਿੰਗ ਲੱਗਿਆ ਨਾ, ਸਿਰਫ ਕਿਹਦਾ ਲੱਗਿਆ? ਸਿਰਫ ਆਪਣੇ ਦੇਖੋ ਕਾਂਗਰਸ ਅਕਾਲੀ ਸਿਮਰਜੀਤ ਮਾਨ ਦਾ ਵੀ ਲੱਗਿਆ, ਠੀਕ ਹੈ, ਅਤੇ 4 ਪਾਰਟੀਆਂ ਲੱਗਿਆ, ਹਾਂਜੀ ਆਮ ਪਾਰਟੀ ਦਾ ਇਹ ਲੱਗਿਆ।
ਬੋਲਿੰਗ ਟੱਕਰ ਜੇ ਕੱਢਣੀ ਹੋਵੇ ਵੀ ਭਗਵੰਤ ਮਾਨ ਦੀ ਕਿਹਦੇ ਨਾਲ ਭਗਵੰਤ ਮਾਨ ਦੀ ਗੋਲੀ ਨਾਲ ਗੋਲੀ ਨਾਲ ਹਾਂ ਜਿੱਤ ਹਾਰ ਕਿੰਨੇ ਕੁ ਵੋਟਾਂ 'ਚ ਤੁਹਾਡੇ ਅੰਦਾਜ਼ੇ ਨਾਲ ਫਰਕ ਤਾਂ ਹੋਊਗੀ ਜਿੱਤ ਹਾਰ ਜ਼ਿਆਦਾ ਨਹੀਂ ਹੁੰਦੀ ਫਸਵੀਂ ਟੱਕਰ ਫਸਵੀਂ ਆ ਕੋਈ ਇਹ ਸੋਚੇ ਵੀ 20,000 ਤੇ ਜਾਂ 10,000 ਤੇ ਜਿਵੇਂ ਪਹਿਲਾਂ ਗੋਲਡੀ 2600 ਵੋਟਾਂ ਜਿੱਤੇ ਸੀਗਾ ਬਾਜੀ ਇੰਨਾ ਕੀ ਅੰਤਰ ਹੋਊਗਾ ਜ਼ਿਆਦਾ ਨਹੀਂ ਰਹਿੰਦਾ ਹਾਂ ਹੁਣ ਆਪ ਅੱਗੇ ਕਿਹੜਾ ਲੱਗ ਰਿਹਾ ਥੋੜ੍ਹਾ ਜਿਹਾ ਅੱਗੇ ਹੋ ਜਿਹੜਾ ਦੇਖੋ ਪਿੰਡਾਂ ਦੇ ਵਿੱਚ ਤਾਂ ਆਪ ਪਾਰਟੀ ਲੱਗਦੀ ਆ ਠੀਕ ਹੈ ਅਤੇ ਸ਼ਹਿਰ ਧੂਰੀ ਦੇ ਵਿੱਚ ਗੋਲਡੀ ਦੀ ਦੱਸਿਆ ਟੱਕਰ ਹੈ ਕਿਉਂ ਜੀ ਸ਼ਹਿਰ 'ਚ ਗੋਲਡੀ ਦੀ ਗੋਲਡੀ ਦੀ ਪਿੰਡਾਂ 'ਚ ਆਪ ਪਿੰਡ ਜਾਪ ਤੁਹਾਡੇ ਪਿੰਡ ਦੀ ਵੋਟ ਕਿੰਨੀ ਬਾਪੂ ਆਪਣੇ 1700 ਵੋਟ ਹੈ ਆਪਣੇ 1700 ਵੋਟ ਹੈ ਵੋਟ ਕਿੰਨੀ ਹੋਈ ਐਤਕੀ ਜੀ ਜਿਹਦਾ ਪਾਰਟੀ ਉਹ ਹਰੇਕ ਖੁਸ਼ ਆ ਜਿੰਨੀ ਵੋਟ ਹੈ ਕਿਉਂ ਜੀ ਦੀਪ ਸਿੰਘ ਦਾ ਪੈ ਗਿਆ ਹੁੰਦਾ ਹਵਾ ਬਦਲ ਗਈ ਹੁੰਦੀ ਹੁਣ ਦੀਪ ਸਿੰਘ ਦਾ ਬਾਅਦ ਚ ਭੋਗ ਤੋਂ ਬਾਅਦ ਪਤਾ ਲੱਗਿਆ ਨੀ ਤੁਸੀਂ ਆਪਾਂ ਆਪਦੇ ਅੰਮ੍ਰਿਤਗੜ੍ਹ ਕਿੰਨਾ ਕੁ ਫਰਕ ਪੈ ਗਿਆ ਲੋਕਾਂ ਦਾ ਉਹਦੀ ਵੋਟ ਤੇ ਹੁਣ ਦੇਖੋ ਕੀ ਪਾਰਟੀ ਤੋਂ ਕਿਹੜੀ ਟੱਕਰ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਦੀਪ ਸਿੱਧੂ ਦੇ ਜਿਹੜੀ ਆ ਉਹ ਜਾਨ ਨਾਲ ਫਰਕ ਪੈ ਗਿਆ ਹੈ ਫਰਕ ਪੈ ਗਿਆ ਠੀਕ ਹੈ ਹਾਂ ਨਹੀਂ ਵੋਟ ਸਾਡੇ ਬਹੁਤ ਪਈ ਹੈ ਠੀਕ ਹੈ ਵੋਟ ਬਹੁਤ ਹਾਂ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ ਹੈ ਦਿੱਤਾ ਸਾਥ ਦਿੱਤਾ ਲੋਕਾਂ ਨੇ ਠੀਕ ਹੈ ਬਾਪੂ ਜੀ ਤੁਹਾਨੂੰ ਕਿਵੇਂ ਲੱਗਦਾ ਮਜਰਾ ਜੀ ਗਿਆ ਜੀ ਛੇਦੇ ਕੋਲੇ ਬੜਾ ਬਤਾ ਆ ਗਿਆ ਜੀ ਉੱਥੋਂ ਕਿੱਥੋਂ ਆ ਗਏ ਵੋਟ ਪਾ ਕੇ ਚਲੇ ਆਇਆ ਜੀ ਹੁਣ ਇੱਥੇ ਬਹਿ ਕੇ ਗੱਲਾਂ ਕਰਦੇ ਹੋਗੇ ਕੀ ਲੱਗਦਾ ਮੈਂ ਨਹੀਂ ਘੱਟ ਹੀ ਸੁਣਦਾ ਘੱਟ ਹੀ ਸੁਣਦੇ ਇਹਨਾਂ ਦੀਆਂ ਬਾਬੇ ਊਂ ਤਾਂ ਇਹ ਤਾਂ ਕਰਦੇ ਕੁਰਦੇ ਹੋਣੇ ਮਾੜੀਆਂ ਮੋਟੀਆਂ ਨਹੀਂ ਮੈਂ ਨਹੀਂ ਸੁਣੀ ਤੁਸੀਂ ਨਹੀਂ ਸੁਣਦੇ ਹੈ ਉਸ ਨੂੰ ਪਤਾ ਸਰ ਫੌਜੀ ਨੇ ਇਹਨਾਂ ਨਾਲ ਹੀ ਕਰ ਲਓ ਗੱਲ ਤੁਹਾਨੂੰ ਕੀ ਲੱਗਦਾ ਜੀ ਕਿਵੇਂ ਜੀ ਕੀ ਮਾਹੌਲ ਕੀ ਲੱਗਦਾ ਮਾਹੌਲ ਕੀ ਕਹਿ ਸਕਦਾ ਜੀ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਹਾਂਜੀ ਬਿਲਕੁਲ ਉਹ ਮੁੱਖ ਮੰਤਰੀ ਦੇਖਣਾ ਕਿਹਨੂੰ ਪਸੰਦ ਕਰਦੇ ਹੋ ਤੁਸੀਂ ਚਰਨਜੀਤ ਸਿੰਘ ਚੰਨੀ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਭਗਵੰਤ ਮਾਨ ਨੂੰ ਹੀ ਕਰਦੇ ਨੇ ਅਸੀਂ ਵੱਧ ਸਾਡੇ ਇਸ ਨਵੀਂ ਸਰਕਾਰ ਕਹਿੰਦੇ ਦੇਖਣੀ ਚਾਹੁੰਦੇ ਹਾਂ ਹਾਂਜੀ ਬਿਲਕੁਲ ਨਵੀਂ ਸਰਕਾਰ ਦੇਖਣੀ ਚਾਹੁੰਦੇ ਹਾਂਜੀ ਹਾਂ ਪੁਰਾਣੀਆਂ ਤਾਂ ਹੁਣ ਦੇਖਦੀ ਆ ਰਹੇ ਹਾਂ ਵੀ ਇੱਕ ਦਫ਼ਾ ਕਹਿੰਦੇ ਨਵੀਂ ਨੂੰ ਵੀ ਮੌਕਾ ਦੇਣਾ ਚਾਹੀਦਾ ਹਾਂਜੀ ਜੇ ਸਹੀ ਰਹਿਣਗੇ ਗਾਹਾਂ ਨੂੰ ਵੀ ਆ ਜਾਣਗੇ ਨਹੀਂ ਫਿਰ 5 ਸਾਲ ਨੂੰ ਬਦਲੇ ਜਾਣਗੇ ਹਾਂਜੀ ਇਹ ਤਾਂ ਵੋਟਾਂ ਦਾ ਰਾਜ ਹੈ ਜੀ ਠੀਕ ਹੈ ਨਹੀਂ ਸਭ ਤੋਂ ਵੱਧ ਚਰਚਾ ਸੀ ਹਾਂਜੀ ਠੀਕ ਹੈ ਇਹ 10 ਤਰੀਕ ਤੱਕ ਪੂਰਾ ਐਂ ਲੋਕਾਂ ਦਾ ਵੀ ਧੂਰੀ ਲੰਬੀ ਕੀ ਬੰਦ ਹੈ ਨਾ ਹਾਂ ਧੂਰੀ ਲੰਬੀ ਧੂਰੀ ਦਾ ਆਪਾਂ ਦੇਖੋ ਜੇ ਇੱਥੇ ਆਪਾਂ ਕਹਿ ਦੇ ਫਲਾਣਿਆਂ ਜਿੱਤ ਗਿਆ ਜੇ ਸਾਨੂੰ ਕੋਈ ਪੁੱਛੇ ਵੀ ਤੁਹਾਡੇ ਕਿਹੜੇ ਜਿੱਤੂ ਆਪਾਂ ਆਪਣੀ ਸੀਟ ਦੱਸ ਨਹੀਂ ਸਕਦੇ ਜੇ ਸਾਨੂੰ ਇਹ ਪੁੱਛੀਏ ਸਾਨੂੰ ਕੋਈ ਲੰਬੀ ਤਾਂ ਜੀ ਬਾਦਲ ਹਾਰੂਗਾ ਇੱਥੇ ਆਪਾਂ ਕਹਿ ਦਿੰਦੇ ਹਾਂ ਜੇ ਸਾਨੂੰ ਇੱਥੇ ਕੋਈ ਪੁੱਛੇ ਵੀ ਤੁਹਾਡੇ ਕੌਣ ਜਿੱਤੂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਕਿਸੇ ਨੂੰ ਮਰਜ਼ੀ ਪੁੱਛੋ ਇੱਥੇ ਹੈਂਜੀ ਤੁਸੀਂ ਵੀ ਆਪ ਤੁਰਦੇ ਫਿਰਦੇ ਪੱਤਰਕਾਰ ਹੋ ਤੁਸੀਂ ਕਿਸੇ ਨੂੰ ਪੁੱਛੋ ਨਾ ਵੀ ਹਾਂ ਕਹੋ ਵੀ ਮਲੇਰਕੋਟ ਕੌਣ ਜਿੱਤੂ ਦੱਸ ਦੇਣਗੇ ਫਲਾਂ ਜਿੱਤੂ ਵੀ ਇੱਥੇ ਕੌਣ ਜਿੱਤੂ ਇੱਥੇ ਕਿਸੇ ਨੂੰ ਪਤਾ ਨਹੀਂ ਹੈ ਕਿਸੇ ਨੂੰ ਪਤਾ ਇਹ ਚੀਜ਼ ਦਾ ਦੂਜੀ ਸੀਟ ਦਾ ਅੰਦਾਜ਼ਾ ਲਾਉਣਾ ਸੌਖਾ ਹਾਂ ਦੂਜਾ ਸੌਖਾ ਹੈ ਆਪਣੇ ਕੋਈ ਹੋਰ ਹਾਂਜੀ ਭਗਵੰਤ ਐਮ ਪੀ ਦਾ ਤੁਹਾਡਾ ਠੀਕ ਠੂਕ ਸੀ ਕੰਮ ਕੁੰਮ ਕੀਤੇ ਸੀ ਨੇ ਆਉਂਦਾ ਲੋਕਾਂ ਦੀ ਪੁੱਛ ਪ੍ਰਤੀਤ ਹੁੰਦੀ ਸੀ ਦੇਖੋ ਭਗਵੰਤ ਮਾਨ ਅੱਜ ਤੱਕ ਤਾਂ ਨਹੀਂ ਛੱਡ ਆਇਆ ਜਿਵੇਂ ਕਹੀਏ ਇਹ ਤਾਂ ਵੋਟਾਂ ਮੰਗਣ ਨਹੀਂ ਆਇਆ ਵੋਟਾਂ ਮੰਗਣੀਆਂ ਉਹਦੀ ਭੈਣ ਆਉਂਦੀ ਰਹੀ ਹੈ ਠੀਕ ਹੈ ਵੋਟਾਂ ਮੰਗਣ ਇੱਕ ਦਿਨ ਵੀ ਆਇਆ ਮੇਰੇ ਕੋਲ ਇੱਕ ਦਿਨ ਬਾਅਦ ਰੋਡ ਉੱਪਰ ਰੋਡ ਆਪਣਾ ਕਰ ਗਿਆ ਉਹ ਅਤੇ ਬਾਕੀ ਵੋਟਾਂ ਵੈਸੇ ਤਾਂ ਵੈਸੇ ਵੀ ਨਹੀਂ ਆਇਆ ਠੀਕ ਬਾਕੀ 7 ਸਾਲ ਹੋ ਗਏ 7 ਸਾਲ 'ਚ ਕੋਈ ਸਾਡੇ ਪਿੰਡ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਭਗਵੰਤ ਮਾਨ ਨੇ ਹੈਂ ਆਹ ਹੁਣ ਗੋਲਡ ਹੀ ਰਿਹਾ 5 ਸਾਲ ਸਾਡੇ 5 ਸਾਲ ਉਹ ਕੋਈ ਕੰਮ ਨਹੀਂ ਕੀਤਾ ਠੀਕ ਹੈ ਕੋਈ ਸਾਡੇ ਦੇਖੋ ਕੋਈ ਸਹੂਲਤ ਨਹੀਂ ਨਾ ਸਕੂਲ ਨਾ ਕੋਈ ਹਸਪਤਾਲ ਨਾ ਕੋਈ ਸਾਡੇ ਬੈਂਕ ਨਾ ਕੋਈ ਸਰਕਾਰੀ ਬੱਸ ਸਾਡੇ ਕੋਈ ਸਹੂਲਤ ਨਹੀਂ ਪਿੰਡ 'ਚ ਹੈਗੀ ਨਾ ਹਾਂ ਜੀ ਕਹਿੰਦੀ 5 ਸਾਲਾਂ ਦੇ ਵਿੱਚ ਕੋਈ ਸਹੂਲਤ ਨਹੀਂ ਸਾਡੇ ਪਿੰਡ 'ਚ ਆਈ ਠੀਕ ਹੈ ਜੀ